ਏਬਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ। ਕਰੰਟ ਇਸ਼ੂ ਲਈ ਚੱਲਦੇ ਹਨ ਲੁਧਿਆਣੇ। ਦੋਸਤੋ ਦੱਸਣਾ ਚਾਹੁੰਦਾ ਕਿ ਫਿਲਮ ਸਟਾਰ ਸਲਮਾਨ ਖਾਨ ਲੁਧਿਆਣੇ ਪਹੁੰਚ ਚੁੱਕੇ ਨੇ ਆਪਣੀ ਫਿਲਮ ਭਾਰਤ ਦੀ ਸ਼ੂਟਿੰਗ ਨੂੰ ਲੈ ਕੇ, ਔਰ ਬਿਗ ਬੌਸ ਦੀ ਕੁਛ ਐਪੀਸੋਡ ਉਹਨਾਂ ਦੇ ਬਕਾਇਆ ਪਏ ਸਨ, ਉਹਨਾਂ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੂੰ ਬੰਬੇ ਪਹੁੰਚਣਾ ਪਿਆ ਔਰ ਅੱਜ ਹੀ ਲੁਧਿਆਣੇ ਪਹੁੰਚੇ ਨੇ। ਲੇਕਿਨ ਜਿਵੇਂ ਹੀ ਉਹ ਲੁਧਿਆਣੇ ਮੋਹਾਲੀ ਦੇ ਏਅਰਪੋਰਟ 'ਤੇ ਆਏ ਤਾਂ ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਦੀ ਸੁਰੱਖਿਆ ਦੇ ਵਿੱਚ ਭਾਰੀ ਪ੍ਰਬੰਧ ਕੀਤੇ ਗਏ ਨੇ ਔਰ ਉਹਨਾਂ ਦੇ ਬੌਂਸਰਾਂ ਦੀ ਗਿਣਤੀ ਵਿੱਚ ਵੀ ਮਤਲਬ ਬੜੋਤਰੀ ਕੀਤੀ ਗਈ ਹੈ। ਕੀ ਹੈ ਪੂਰੀ ਖਬਰ? ਪ੍ਰਦੀਪ ਭੰਡਾਰੀ ਜੀ ਸਾਡੇ ਨਾਲ ਜੁੜ ਚੁੱਕੇ ਨੇ ਲੁਧਿਆਣੇ ਤੋਂ, ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿ ਆਖਰ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕੀ ਇੰਤਜ਼ਾਮ ਕੀਤੇ ਗਏ ਨੇ। ਭੰਡਾਰੀ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ? ਹਾਂ ਜੀ ਬਿਲਕੁਲ ਜੀ, ਸੋਤਾ ਜੀ। ਕੀ ਸਲਮਾਨ ਖਾਨ ਲੁਧਿਆਣੇ ਪਹੁੰਚ ਚੁੱਕੇ ਨੇ? ਹਾਂਜੀ ਜੀ, ਲੁਧਿਆਣੇ ਪਹੁੰਚ ਚੁੱਕੇ ਨੇ ਤੇ ਆਪਣੀ ਸ਼ੂਟਿੰਗ ਦੇ ਜਿਹੜੇ ਸ਼ਡਿਊਲ ਨੇ ਉਹ ਚੈੱਕ ਕਰ ਰਹੇ ਨੇ ਤੇ ਵੀ ਉਹਦੇ ਵਿੱਚ ਵੀ ਕਿੱਥੇ ਕਿੱਥੇ ਮਤਲਬ ਵੀ ਕਿਹੜੇ ਕਿਹੜੇ ਸ਼ੂਟ ਉਹਨਾਂ ਨੇ ਕਰਨੇ ਨੇ ਤੇ ਉਹਦੇ ਵਿੱਚ ਹਜੇ ਵਿਅਸਤ ਨੇ ਉਹ। ਔਰ ਜੇ ਆਪਾਂ ਲੁਧਿਆਣੇ ਦੀ ਗੱਲ ਕਰੀਏ ਤੇ ਕਿਸ ਇਲਾਕੇ ਵਿੱਚ ਉਹਨਾਂ ਦਾ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ? ਦੇਖੋ ਜੀ, ਇੱਕ ਲੁਧਿਆਣਾ ਦੇ ਪਾਸ਼ ਹੋਟਲ ਦੇ ਵਿੱਚ ਨਿੱਜੀ ਹੋਟਲ ਹੈ, ਉੱਥੇ ਉਹਨਾਂ ਦਾ ਰਹਿਣ ਦਾ ਇੰਤਜ਼ਾਮ ਜਿਹੜਾ ਹੈਗਾ ਜੀ ਉਹ ਕੀਤਾ ਗਿਆ ਜੀ ਇੱਥੇ ਲੁਧਿਆਣੇ ਦੇ ਵਿੱਚ। ਅੱਛਾ ਭੰਡਾਰੀ ਸਾਹਿਬ, ਸੁਰੱਖਿਆ ਨੂੰ ਲੈ ਕੇ ਕਾਫੀ ਮਤਲਬ ਖਬਰ ਆ ਰਹੀ ਹੈ ਕਿ ਬਾਉਂਸਰਾਂ ਦੀ ਗਿਣਤੀ ਵਿੱਚ ਵਾਧਾ ਕਰ ਦਿੱਤਾ ਗਿਆ ਔਰ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹਨੂੰ ਵਧਾਈ ਗਈ, ਮਤਲਬ ਕੀ ਕਾਰਨ ਰਹਿ ਸਕਦੇ ਨੇ? ਜੀ ਸੋਤਾ ਜੀ, ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਵੀ ਜਿਹੜੀ ਕੱਲ ਜਿਹੜਾ ਬਲਾਸਟ ਹੋਇਆ ਵਾ ਅੰਮ੍ਰਿਤਸਰ ਦੇ ਵਿੱਚ ਨਿਰੰਕਾਰੀ ਮਿਸ਼ਨ ਜਿਹੜਾ ਉਹਨਾਂ ਦੇ ਡੇਰੇ ਦੇ ਉੱਤੇ ਜਿਹੜਾ ਹੋਇਆ ਸੀਗਾ ਬਲਾਸਟ, ਬੰਬ ਬਲਾਸਟ, ਉਹਦੇ ਵਿੱਚ ਜਿਹੜੇ ਬੰਦੇ ਇੰਜਰਡ ਵੀ ਹੋਏ ਸੀ ਜਾਂ ਕਿੱਦਾਂ ਵੀ ਸੀਗੇ ਤੇ ਉਸ ਨੂੰ ਲੈ ਕੇ ਵੀ ਜਿਹੜੀ ਇਹ ਭਾਰਤ ਫਿਲਮ ਬਣ ਰਹੀ ਹੈ ਇਹਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਨਾਲ ਸੰਬੰਧਿਤ ਜਿਹੜੀ ਸਟੋਰੀ ਹੈਗੀ ਆ ਤੇ ਇਹਦੇ ਵਿੱਚ ਪਾਕਿਸਤਾਨ ਦੇ ਜਿਹੜੇ ਝੰਡੇ ਲਹਿਰਾਏ ਜਾ ਰਹੇ ਨੇ ਜਿਹਦਾ ਕਿ ਪੰਜਾਬ ਦੇ ਵਿੱਚ ਵੀ ਵਿਰੋਧ ਹੋ ਰਿਹਾ ਤੇ ਇੱਥੇ ਲੁਧਿਆਣਾ ਦੇ ਸ਼ਿਵ ਸੈਨਾ ਵਾਲੇ ਵੀ ਇਹਨਾਂ ਦਾ ਡੱਟ ਕੇ ਵਿਰੋਧ ਕਰ ਰਹੇ ਨੇ ਤੇ ਇਸੇ ਮੱਦੇ ਨਜ਼ਰ ਤੇ ਦੂਸਰਾ ਜਿਹੜਾ ਵੀ ਕੱਲ ਬੰਬ ਬਲਾਸਟ ਹੋਇਆ ਉਹਦੇ ਹੀ ਮੱਦੇ ਨਜ਼ਰ ਇਹਦੀ ਸੁਰੱਖਿਆ ਜਿਹੜੀ ਹੈ ਵਧਾਈ ਗਈ ਹੈ ਜੀ। ਔਰ ਜੇ ਆਪਾਂ ਸਲਮਾਨ ਖਾਨ ਦੀ ਗੱਲ ਕਰੀਏ ਉਹਨਾਂ ਤੱਕ ਵੀ ਇਹ ਗੱਲ ਪਹੁੰਚ ਚੁੱਕੀ ਹੈ ਕਿ ਇਸ ਫਿਲਮ ਦਾ ਵਿਰੋਧ ਹੋ ਰਿਹਾ ਕਿਉਂਕਿ ਭਾਰਤ ਦੇਸ਼ ਦੇ ਵਿੱਚ ਪਾਕਿਸਤਾਨ ਦੇ ਝੰਡੇ ਲਹਿਰਾਏ ਜਾ ਰਹੇ ਨੇ। ਹਾਂਜੀ ਬਿਲਕੁਲ, ਪਾਕਿਸਤਾਨ ਦੇ ਜਿਹੜੇ ਝੰਡੇ ਹੈ ਬੇਸ਼ੱਕ ਉਹ ਸ਼ੂਟਿੰਗ ਦੇ ਹੀ ਹੋਣ, ਚਾਹੇ ਭਾਰਤ ਫਿਲਮ ਦੀ ਜਿਹੜੀ ਸ਼ੂਟਿੰਗ ਹੈ ਜਾਂ ਜਿਹੜੀ ਫਿਲਮ ਬਣ ਰਹੀ ਹੈ ਉਹ ਬੇਸ਼ੱਕ ਆਪਣੇ ਭਾਰਤ ਦੇ ਹੱਕ ਵਿੱਚ ਹੋਵੇ ਜਾਂ ਕਿੱਦਾਂ ਵੀ ਆ, ਪਰ ਫਿਲਹਾਲ ਜਿਹੜੇ ਉੱਥੇ ਝੰਡੇ ਪਾਕਿਸਤਾਨ ਦੇ ਵੀ ਲਹਿਰਾਏ ਜਾ ਰਹੇ ਨੇ ਇਹਦੇ ਸੰਬੰਧ ਵਿੱਚ ਲੋਕਾਂ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਜੀ। ਔਰ ਜੇ ਸੁਰੱਖਿਆ ਏਜੰਸੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਲੇ ਦੁਆਲੇ ਦੀਆਂ ਸਟੇਟਸ ਨੂੰ ਵੀ ਹਾਈ ਅਲਰਟ ਕਰ ਦਿੱਤਾ ਗਿਆ ਕਿਉਂਕਿ ਜੋ ਨਿਰੰਕਾਰੀ ਭਵਨ ਦੇ ਉੱਪਰ ਅਟੈਕ ਹੋਇਆ, ਮਤਲਬ ਆਉਣ ਵਾਲੇ ਦਿਨਾਂ ਵਿੱਚ ਜੇ 2019 ਦੀ ਗੱਲ ਕਰੀਏ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਸ ਤੋਂ ਪਹਿਲਾਂ ਜਿਹੜੇ ਮਾਹੌਲ ਨੇ ਕੁਛ ਲੋਕ ਮਾਹੌਲ ਪੰਜਾਬ ਦਾ ਖਰਾਬ ਕਰਨਾ ਚਾਹੁੰਦੇ ਨੇ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਜੀ ਜਿੱਦਾਂ ਕਿ ਹੁਣ ਆਪਣਾ ਮਾਹੌਲ ਤਾਂ ਤਕਰੀਬਨ ਜਿਹੜਾ ਕੱਲ੍ਹ ਬੰਬ ਬਲਾਸਟ ਹੋਇਆ ਉਹਦੇ ਮੁਤਾਬਕ ਹੀ ਜਿਹੜਾ ਸੁਰੱਖਿਆ ਅਲਰਟ ਕੀਤਾ ਗਿਆ ਹੈ ਤੇ ਇਹਦੇ ਵਿੱਚ ਜੇ ਆਪਾਂ ਸਲਮਾਨ ਖਾਨ ਦੀ ਗੱਲ ਕਰੀਏ, ਸਲਮਾਨ ਖਾਨ ਦੀ ਜਿਹੜੀ ਸੁਰੱਖਿਆ ਦੇ ਵਿੱਚ ਵੀ ਜਿਹੜੇ ਸੀਗੇ ਜਿਹੜੇ ਸੁਰੱਖਿਆ ਨੂੰ ਬਹੁਤ ਜ਼ਿਆਦਾ ਟਾਈਟ ਕਰ ਦਿੱਤਾ ਗਿਆ ਹੈ ਤੇ ਉਹਨਾਂ ਦੇ ਜਿਹੜੇ ਬਾਉਂਸਰ ਸੀਗੇ ਪਹਿਲਾਂ 20 ਬਾਉਂਸਰ ਉਹਨਾਂ ਨੂੰ ਮਿਲੇ ਹੋਏ ਸੀਗੇ ਸੁਰੱਖਿਆ ਵਾਸਤੇ ਤੇ ਉਹਨਾਂ ਨੂੰ 70 ਬਾਉਂਸਰ ਸਲਮਾਨ ਖਾਨ ਦੀ ਸੁਰੱਖਿਆ ਵਾਸਤੇ ਜਿਹੜੇ ਉਹ ਤੈਨਾਤ ਕੀਤੇ ਗਏ ਹੈ ਤੇ ਜੇ ਆਪਾਂ ਗੱਲ ਕਰੀਏ ਵੀ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਹਾਈ ਅਲਰਟ ਇੱਥੇ ਕੀਤਾ ਗਿਆ ਤੇ ਉਹਦੇ ਵਿੱਚ ਇਹ ਹੈ ਵੀ ਕਿਤੇ ਨਾ ਕਿਤੇ ਆਤੰਕਵਾਦ ਜਿਹੜਾ ਹੈਗਾ ਉਹ ਪੈਰ ਪਸਾਰਦਾ ਆਪਣਾ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਜੀ। ਇਹਦੇ ਸੰਬੰਧ ਦੇ ਵਿੱਚ ਜਿਹੜੀ ਇਹ ਹਾਈ ਅਲਰਟ ਜਿਹੜਾ ਹੈਗਾ ਵਾ ਪੰਜਾਬ ਦੇ ਜਿਹੜੀਆਂ ਸਟੇਟਾਂ ਦੇ ਵਿੱਚ ਇਹ ਕੀਤਾ ਗਿਆ ਤੇ ਇਹਦੇ ਵਿੱਚ ਸੁਰੱਖਿਆ ਜਿਹੜੀ ਹੈਗੀ ਆ ਸੁਰੱਖਿਆ ਏਜੰਸੀਆਂ ਅਲਰਟ ਹੋ ਚੁੱਕੀਆਂ ਨੇ ਤੇ ਇਹਦੇ ਨਾਲ ਹੀ ਜਿਹੜੀ ਹੈਗੀ ਆ ਸੁਰੱਖਿਆ ਕਾਫੀ ਟਾਈਟ ਕੀਤੀ ਗਈ ਹੈ। ਬਹੁਤ ਬਹੁਤ ਮਿਹਰਬਾਨੀ ਭੰਡਾਰੀ ਸਾਹਿਬ, ਤੁਸੀਂ ਸਾਨੂੰ ਅਪਡੇਟ ਦਿੱਤੀ। ਦੋਸਤੋ ਇਹ ਮੈਂ ਦੱਸਣਾ ਚਾਹੁੰਦਾ ਕਿ ਪਹਿਲਾਂ ਸਲਮਾਨ ਖਾਨ ਨੂੰ 20 ਬਾਉਂਸਰ ਦਿੱਤੇ ਗਏ ਸੀ ਲੇਕਿਨ ਜਿੱਦਾਂ ਹੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਰਾਜਾ ਸੰਸੀ ਦੇ ਨਜ਼ਦੀਕ ਬੰਬ ਬਲਾਸਟ ਹੋਇਆ ਉਸ ਦੀ ਸੁਰੱਖਿਆ ਨੂੰ ਸਲਮਾਨ ਖਾਨ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ, ਉਹਨਾਂ ਨੂੰ 20 ਦੀ ਬਜਾਏ 70 ਬਾਉਂਸਰ ਦਿੱਤੇ ਗਏ ਨੇ ਔਰ ਸਿਕਿਉਰਿਟੀ ਜੇ ਹੈ ਬਹੁਤ ਜ਼ਿਆਦਾ ਮਤਲਬ ਟਾਈਟ ਕਰ ਦਿੱਤੀ ਗਈ ਹੈ। ਔਰ ਭਾਰਤ ਫਿਲਮ ਨੂੰ ਲੈ ਕੇ ਵਿਰੋਧ ਵੀ ਕੀਤਾ ਗਿਆ ਸੀ ਜਿਵੇਂ ਭੰਡਾਰੀ ਜੀ ਨੇ ਦੱਸਿਆ ਕਿ ਇੱਕ ਮਤਲਬ ਪਾਕਿਸਤਾਨ ਦੇ ਝੰਡੇ ਲਹਿਰਾਏ ਗਏ ਨੇ, ਬੇਸ਼ੱਕ ਏਕਤਾ ਨੂੰ ਲੈ ਕੇ ਭਾਰਤ ਦੀ ਜਿੱਤ ਨੂੰ ਲੈ ਕੇ ਕੁਛ ਨਾ ਕੁਛ ਇਸ ਫਿਲਮ ਦੀ ਜੋ ਸਕ੍ਰਿਪਟ ਹੈ ਉਸ ਦੇ ਬਾਰੇ ਗੱਲਬਾਤ ਕਰਦੇ ਆ, ਲੇਕਿਨ ਭਾਰਤ ਦੇ ਕੋਈ ਵੀ ਵਾਸੀ ਅਜਿਹਾ ਨਹੀਂ ਚਾਹੁੰਦਾ ਹੈ ਕਿ ਜਿਹੜਾ ਰੋਜ਼ ਸਾਡੇ ਮਤਲਬ ਦੇਸ਼ ਦੇ ਉੱਪਰ ਗਲਤ ਅੰਸਰਾਂ ਨੂੰ ਭੇਜ ਕੇ ਸਾਡੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਉਹਨਾਂ ਦਾ ਝੰਡਾ ਭਾਰਤ ਦੇ ਕਿਸੇ ਕੋਨੇ ਵਿੱਚ ਵੀ ਲਹਿਰਾਵੇ। ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਬਨ ਪੰਜਾਬੀ ਟੀਵੀ ਦੇ ਨਾਲ। ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।